ਨਹੀਂ ਉਹਨਾਂ ਬਲਟੋਵਾ ਸਾਹਿਬ ਨੂੰ ਸਾਨੂੰ ਤਾਂ ਜਦੋਂ 4-5 ਦਿਨ ਪਹਿਲਾਂ ਤੋਂ ਅੰਮ੍ਰਿਤਪਾਲ ਸਿੰਘ ਦਾ ਅਨਾਊਂਸ ਹੋ ਗਿਆ ਸੀਗਾ ਕਿ ਉਹ ਖਡੂਰ ਸਾਹਿਬ ਤੋਂ ਚੋਣ ਲੜਨਗੇ, ਅਤੇ ਸਾਨੂੰ ਉਮੀਦ ਸੀ ਕਿ ਸ਼੍ਰੋਮਣੀ ਅਕਾਲੀ ਦਲ ਬੀਤੇ ਤੋਂ ਸਭ ਸਿੱਖ ਦਾ ਹੋਇਆ, ਜੋ ਖਾਲੜਾ ਟਾਈਮ ਇਹਨਾਂ ਨੇ ਗਲਤੀ ਕੀਤੀ ਸੀ, ਸ਼ਾਇਦ ਅਰਕੇ ਨਹੀਂ ਕਰਨਗੇ, ਪਰ ਇਹਨਾਂ ਨੇ ਉਮੀਦਵਾਰ ਉਤਾਰ ਕੇ ਅਤੇ ਇੱਕ ਇਤਿਹਾਸਿਕ ਗਲਤੀ ਕਰ ਰਹੇ, ਅਤੇ ਉਹਦੇ ਬਾਰੇ ਚਲੋ ਚੋਣ ਲੜਨ ਦਾ ਹਰੇਕ ਨੂੰ ਅਧਿਕਾਰ ਆ ਲੜਨ, ਕੋਈ ਗੱਲ ਨਹੀਂ, ਅਤੇ ਪਰ ਉਹ ਸਵੇਰੇ ਆਏ ਸੀ ਕਿ ਲੋਕ ਮੈਨੂੰ ਬੁਰਾ ਭਲਾ ਕਹਿ ਰਹੇ ਆ ਕਿ ਤੁਸੀਂ ਉਹਨਾਂ ਦੇ ਸਾਹਮਣੇ ਕਿਉਂ ਖੜ੍ਹੇ, ਅਤੇ ਅਸੀਂ ਕਿ ਲੋਕਾਂ ਦਾ ਫੈਸਲਾ ਵਾ, ਲੋਕ ਕੀ ਕਹਿ ਰਹੇ ਆ ਉਹ ਤਾਂ ਜਿੱਦਾਂ ਦਾ ਕੋਈ ਕੰਮ ਕਰੂਗਾ, ਜੇ ਕਿਤੇ ਪੰਥਕ ਹਿੱਤ 'ਚ ਕਰੋਗੇ ਤਾਂ ਹੋ ਸਕਦਾ ਅੰਮ੍ਰਿਤਪਾਲ ਕੋਈ ਗਲਤੀ ਹੋਊ ਤਾਂ ਅੰਮ੍ਰਿਤਪਾਲ ਨੂੰ ਵੀ ਲੋਕ ਬੁਰਾ ਭਲਾ ਕਹਿਣਗੇ, ਅਤੇ ਇਸ ਕਰਕੇ ਲੋਕਾਂ ਦੇ ਫੈਸਲੇ 'ਤੇ ਉੱਪਰ ਹੀ ਰਹਿਣ ਦੀਏ। ਕੱਲ੍ਹ ਪ੍ਰੈਸ ਕਾਨਫਰੰਸ ਕਰ ਵੀ ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਦੇ ਪਰਿਵਾਰ ਨੇ ਉਹਨਾਂ ਨੂੰ ਪੂਰਾ ਭਰੋਸਾ ਦਿੱਤਾ ਹੈ ਕਿ ਉਹ ਪ੍ਰਚਾਰ ਵੀ ਕਰਨਗੇ ਅਤੇ ਉਹਨਾਂ ਦੀ ਸਪੋਰਟ ਦੇ ਵਿੱਚ, ਬਲਟੋਵਾ ਸਾਹਿਬ ਦੀ ਸਪੋਰਟ ਦੇ ਵਿੱਚ ਖੜ੍ਹੇ ਆ। ਨਹੀਂ ਜੀ, ਸਾਡੇ ਨਾਂ 'ਤੇ ਉਹਨਾਂ ਨੇ ਮੇਰੇ ਖਿਆਲ ਜਦੋਂ ਅਸੀਂ ਮੋਰਚਾ ਲਿਆ ਸੀ ਸ਼ੁਰੂ 'ਚ ਇੱਕ ਵਾਰੀ ਉਹਨਾਂ ਨੇ ਹਾਜ਼ਰੀ ਭਰੀ ਸੀ, ਉਦੋਂ ਬਾਅਦ ਸਾਡੇ ਪਰਿਵਾਰ ਦੀ ਉਹਨਾਂ ਨਾਲ ਕੋਈ ਵੀ ਮੁਲਾਕਾਤ ਨਹੀਂ ਹੋਈ, ਦੁਬਾਰਾ ਉਹਨਾਂ ਨਾਲ ਨਹੀਂ ਹੋਈ। ਉਹ ਕਿਤੇ ਵੀ ਪ੍ਰੂਫ ਕਰ ਦੇਣ ਵੀ ਹਾਂ ਵੀ ਉਹਨਾਂ ਦੇ ਪਰਿਵਾਰ ਨੇ ਸਹਿਮਤੀ ਦਿੱਤੀ, ਪਰ ਦੂਜਾ ਇਹ ਗੱਲ ਹੈ ਕਿ ਭਾਈ ਸਾਹਿਬ 4 ਦਿਨ ਪਹਿਲਾਂ ਦੇ ਖੜ੍ਹੇ ਆ, ਜੇ ਉਹਨਾਂ ਨੂੰ ਸਹਿਮਤੀ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਤਾਂ ਉਹ ਖੜ੍ਹ ਗਏ ਆ, ਅਤੇ ਉਹਨਾਂ ਦੀ ਸਹਿਮਤੀ ਉਹਨਾਂ ਨਾਲ ਕਿਸ ਤਰੀਕੇ ਨਾਲ ਰਹਿ ਗਈ ਹੈ, ਅਤੇ ਇਹ ਚੀਜ਼ਾਂ ਕੋਈ ਸਹਿਮਤੀ ਤਾਂ ਇਹਨਾਂ ਨੂੰ ਉਹਨਾਂ ਨਾਲ ਕਰਨੀ ਚਾਹੀਦੀ। ਕਿਵੇਂ ਮੰਨਦੇ ਹੋ, ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਕਿ ਅਸੀਂ ਤੁਹਾਡੇ ਨਾਲ ਆ, ਦੂਜੇ ਪਾਸੇ ਆਪਣਾ ਉਮੀਦਵਾਰ ਖੜ੍ਹਾ ਕਰਕੇ, ਅਤੇ ਕੀ ਮੰਨਦੇ ਹੋ? ਇਹ ਤਾਂ ਮੇਰੇ ਖਿਆਲ ਸਿੱਖ ਹਿੱਤਾਂ ਦਾ ਨੁਕਸਾਨ ਹੋ ਰਿਹਾ ਸੀ, ਸਭ ਤੋਂ ਵੱਡੀ ਗੱਲ ਇਹ ਸੀ, ਇੱਕ ਸਾਡੀ ਕੌਮ ਨੂੰ, ਸਾਨੂੰ ਸੋਚਦੇ ਸੀ ਕਿ ਅਸੀਂ ਸਾਰੀਆਂ ਪਾਰਟੀਆਂ ਨੂੰ ਰਲ ਮਿਲ ਕੇ ਇੱਕ ਸੀਟ 'ਤੇ ਇੱਕ ਕੈਂਡੀਡੇਟ ਸੁਲਝੇ ਹੋਇਆ ਬੰਦਾ ਦੇਣਾ ਚਾਹੀਦਾ ਸੀ, ਪਰ ਉਹ ਚੀਜ਼ ਨਹੀਂ, ਅਤੇ ਪਰ ਤੁਸੀਂ ਜੇ ਪਾਰਟੀ ਬਾਈ ਲੜਨਾ ਤਾਂ ਪਰ ਇਸ ਇੱਕ ਮੁੱਦੇ 'ਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਸਕਦੀਆਂ ਸੀ। ਭਾਈ ਅੰਮ੍ਰਿਤਪਾਲ ਸੀਟ 'ਤੇ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਸੀ ਕਿ ਇਹ ਸ਼ਾਇਦ ਇਹ ਇੱਦਾਂ ਨਹੀਂ ਕਰਨਗੇ, ਚਲੋ ਇਹਨਾਂ ਨੇ ਕੋਈ ਗੱਲ ਨਹੀਂ, ਉਹ ਤਾਂ ਚਲੋ ਲੋਕਾਂ ਦਾ ਫੈਸਲਾ ਹੋਊਗਾ, ਅਤੇ ਵਾਹਿਗੁਰੂ ਜੀ। ਨਹੀਂ, ਉਹਨਾਂ ਬਲਟੋਵਾ ਸਾਹਿਬ ਨੂੰ ਸਾਨੂੰ ਤਾਂ ਜਦੋਂ 4-5 ਦਿਨ ਪਹਿਲਾਂ ਤੋਂ ਅੰਮ੍ਰਿਤਪਾਲ ਸਿੰਘ ਦਾ ਅਨਾਊਂਸ ਹੋ ਗਿਆ ਸੀਗਾ ਕਿ ਉਹ ਖਡੂਰ ਸਾਹਿਬ ਤੋਂ ਚੋਣ ਲੜਨਗੇ, ਅਤੇ ਸਾਨੂੰ ਉਮੀਦ ਸੀ ਕਿ ਸ਼੍ਰੋਮਣੀ ਅਕਾਲੀ ਦਲ ਬੀਤੇ ਤੋਂ ਸਭ ਸਿੱਖ ਦਾ ਹੋਇਆ, ਜੋ ਖਾਲੜਾ ਟਾਈਮ ਇਹਨਾਂ ਨੇ ਗਲਤੀ ਕੀਤੀ ਸੀ, ਸ਼ਾਇਦ ਅਰਕੇ ਨਹੀਂ ਕਰਨਗੇ, ਪਰ ਇਹਨਾਂ ਨੇ ਉਮੀਦਵਾਰ ਉਤਾਰ ਕੇ ਅਤੇ ਇੱਕ ਇਤਿਹਾਸਿਕ ਗਲਤੀ ਕਰ ਰਹੇ, ਅਤੇ ਉਹਦੇ ਬਾਰੇ ਚਲੋ ਚੋਣ ਲੜਨ ਦਾ ਹਰੇਕ ਨੂੰ ਅਧਿਕਾਰ ਆ ਲੜਨ, ਕੋਈ ਗੱਲ ਨਹੀਂ, ਅਤੇ ਪਰ ਉਹ ਸਵੇਰੇ ਆਏ ਸੀ ਕਿ ਲੋਕ ਮੈਨੂੰ ਬੁਰਾ ਭਲਾ ਕਹਿ ਰਹੇ ਆ ਕਿ ਤੁਸੀਂ ਉਹਨਾਂ ਦੇ ਸਾਹਮਣੇ ਕਿਉਂ ਖੜ੍ਹੇ, ਅਤੇ ਅਸੀਂ ਕਿ ਲੋਕਾਂ ਦਾ ਫੈਸਲਾ ਵਾ, ਲੋਕ ਕੀ ਕਹਿ ਰਹੇ ਆ ਉਹ ਤਾਂ ਜਿੱਦਾਂ ਦਾ ਕੋਈ ਕੰਮ ਕਰੂਗਾ, ਜੇ ਕਿਤੇ ਪੰਥਕ ਹਿੱਤ 'ਚ ਕਰੋਗੇ ਤਾਂ ਹੋ ਸਕਦਾ ਅੰਮ੍ਰਿਤਪਾਲ ਕੋਈ ਗਲਤੀ ਹੋਊ ਤਾਂ ਅੰਮ੍ਰਿਤਪਾਲ ਨੂੰ ਵੀ ਲੋਕ ਬੁਰਾ ਭਲਾ ਕਹਿਣਗੇ, ਅਤੇ ਇਸ ਕਰਕੇ ਲੋਕਾਂ ਦੇ ਫੈਸਲੇ 'ਤੇ ਉੱਪਰ ਹੀ ਰਹਿਣ ਦੀਏ। ਕੱਲ੍ਹ ਪ੍ਰੈਸ ਕਾਨਫਰੰਸ ਕਰ ਵੀ ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਦੇ ਪਰਿਵਾਰ ਨੇ ਉਹਨਾਂ ਨੂੰ ਪੂਰਾ ਭਰੋਸਾ ਦਿੱਤਾ ਕਿ ਉਹ ਪ੍ਰਚਾਰ ਵੀ ਕਰਨਗੇ ਅਤੇ ਉਹਨਾਂ ਦੀ ਸਪੋਰਟ ਦੇ ਵਿੱਚ, ਬਲਟੋਵਾ ਸਾਹਿਬ ਦੀ ਸਪੋਰਟ ਦੇ ਵਿੱਚ ਖੜ੍ਹੇ ਆ। ਨਹੀਂ ਜੀ, ਸਾਡੇ ਨਾਂ 'ਤੇ ਉਹਨਾਂ ਨੇ ਮੇਰੇ ਖਿਆਲ ਜਦੋਂ ਅਸੀਂ ਮੋਰਚਾ ਲਿਆ ਸੀ ਸ਼ੁਰੂ 'ਚ ਇੱਕ ਵਾਰੀ ਉਹਨਾਂ ਨੇ ਹਾਜ਼ਰੀ ਭਰੀ ਸੀ, ਉਦੋਂ ਬਾਅਦ ਸਾਡੇ ਪਰਿਵਾਰ ਦੀ ਉਹਨਾਂ ਨਾਲ ਕੋਈ ਵੀ ਮੁਲਾਕਾਤ ਨਹੀਂ ਹੋਈ, ਦੁਬਾਰਾ ਉਹਨਾਂ ਨਾਲ ਨਹੀਂ ਹੋਈ। ਉਹ ਕਿਤੇ ਵੀ ਪ੍ਰੂਫ ਕਰ ਦੇਣ ਵੀ ਹਾਂ ਵੀ ਉਹਨਾਂ ਦੇ ਪਰਿਵਾਰ ਨੇ ਸਹਿਮਤੀ ਦਿੱਤੀ, ਪਰ ਦੂਜਾ ਇਹ ਗੱਲ ਹੈ ਕਿ ਭਾਈ ਸਾਹਿਬ 4 ਦਿਨ ਪਹਿਲਾਂ ਦੇ ਖੜ੍ਹੇ ਆ, ਜੇ ਉਹਨਾਂ ਨੂੰ ਸਹਿਮਤੀ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਤਾਂ ਉਹ ਖੜ੍ਹ ਗਏ ਆ, ਅਤੇ ਉਹਨਾਂ ਦੀ ਸਹਿਮਤੀ ਉਹਨਾਂ ਨਾਲ ਕਿਸ ਤਰੀਕੇ ਨਾਲ ਰਹਿ ਗਈ ਹੈ, ਅਤੇ ਇਹ ਚੀਜ਼ਾਂ ਕੁਛ ਸਹਿਮਤੀ ਤਾਂ ਇਹਨਾਂ ਨੂੰ ਉਹਨਾਂ ਨਾਲ ਕਰਨੀ ਚਾਹੀਦੀ। ਕਿਵੇਂ ਮੰਨਦੇ ਹੋ, ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਕਿ ਅਸੀਂ ਤੁਹਾਡੇ ਨਾਲ ਆ, ਦੂਜੇ ਪਾਸੇ ਆਪਣਾ ਉਮੀਦਵਾਰ ਖੜ੍ਹਾ ਕਰਕੇ, ਅਤੇ ਕੀ ਮੰਨਦੇ ਹੋ? ਇਹ ਤਾਂ ਮੇਰੇ ਖਿਆਲ ਸਿੱਖ ਹਿੱਤਾਂ ਦਾ ਨੁਕਸਾਨ ਹੋ ਰਿਹਾ ਸੀ, ਸਭ ਤੋਂ ਵੱਡੀ ਗੱਲ ਇਹ ਸੀ, ਇੱਕ ਸਾਡੀ ਕੌਮ ਨੂੰ, ਸਾਨੂੰ ਸੋਚਦੇ ਸੀ ਕਿ ਅਸੀਂ
ਸਾਰੇ ਪਾਰਟੀਆਂ ਨੂੰ ਰਲ ਮਿਲ ਕੇ ਇੱਕ ਇੱਕ ਸੀਟ 'ਤੇ ਇੱਕ ਕੈਂਡੀਡੇਟ ਸੁਲਝੇ ਹੋਇਆ ਬੰਦਾ ਦੇਣਾ ਚਾਹੀਦਾ ਸੀ, ਪਰ ਉਹ ਚੀਜ਼ ਨਹੀਂ ਅਤੇ ਪਰ ਤੁਸੀਂ ਜੇ ਪਾਰਟੀ ਬਾਜ਼ੀ ਲੜਨਾ ਤਾਂ ਪਰ ਇਸ ਇੱਕ ਇੱਕ ਮੁੱਦੇ 'ਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਸਕਦੀਆਂ ਸੀ। ਭਾਈ ਅੰਮ੍ਰਿਤਪਾਲ ਸੀਟ 'ਤੇ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਸੀ ਕਿ ਇਹ ਸ਼ਾਇਦ ਇਹ ਇੱਦਾਂ ਨਹੀਂ ਕਰਨਗੇ, ਚਲੋ ਇਹਨਾਂ ਨੇ ਕੋਈ ਗੱਲ ਨਹੀਂ, ਉਹ ਤਾਂ ਚਲੋ ਲੋਕਾਂ ਦਾ ਫੈਸਲਾ ਹੋਊਗਾ। ਅਤੇ ਵਾਹਿਗੁਰੂ ਜੀ।